ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਤਿਹਾਰੀ ਸੀਜ਼ਨ ਤੇ ਮੋਦੀ ਸਰਕਾਰ ਇਹਨਾਂ ਲੋਕਾਂ ਨੂੰ ਦੇਵੇਗੀ ਇਹ ਵੱਡਾ ਤੋਹਫਾ ਲੱਗਣ ਗਿਆ ਮੌਜਾਂ ਹੀ ਮੌਜਾ ਪੂਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ कोरोना वायरस ਦੇ ਚੱਲਦੇ ਪੂਰੀ ਅਰਥ ਵਿਵਸਥਾ ਤਹਸ ਨੈਸ ਹੋ ਗਈ ਹੈ করোনা ਦਾ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਅਸਰ ਗਰੀਬਾਂ ਤੇ ਪਿਆ ਹੈ ਲਿਹਾਜ਼ਾ ਮੋਦੀ ਸਰਕਾਰ ਨੇ ਗਰੀਬਾਂ ਦੇ ਲਈ ਫਰੀ ਚ ਨਵੰਬਰ ਤੱਕ ਅਨਾਜ ਵੰਡਣ ਦੀ ਘੋਸ਼ਣਾ ਕੀਤੀ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਾਰਚ 2021 ਤੱਕ ਵਧਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਮੋਦੀ ਸਰਕਾਰ ਜਨ ਤਨ ਅਕਾਊਂਟ ਦੇ ਵਿੱਚ ਔਰਤਾਂ ਦੇ ਖਾਤੇ ਵਿੱਚ ਪਿਛਲੀ ਵਾਰ 1500 ਰੁਪਏ ਭੇਜੇ ਸਨ ਹੁਣ ਮੋਦੀ ਸਰਕਾਰ ਫਿਰ ਤੋਂ ਤਿਹਾੜੀ ਸੀਜ਼ਨ ਨੂੰ ਦੇਖਦੇ ਹੋਏ ਗਰੀਬ ਔਰਤਾਂ ਦੇ ਖਾਤਿਆਂ ਵਿੱਚ 1500 ਰੁਪਏ ਭੇਜਣ ਦੀ ਤਿਆਰੀ ਕਰ ਰਹੀ ਹੈ ਜੀ ਸਰੋਤੇ ਵੀਰੋ ਜੇ ਤੁਹਾਨੂੰ ਸਰਕਾਰ ਦੇ ਵੱਲੋਂ ਭੇਜਿਆ 1500 ਰੁਪਏ ਮਿਲ ਰਿਹਾ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖੋ ਨਹੀਂ ਤਾਂ ਤੁਸੀਂ ਨੋ ਵੀ ਲਿਖ ਸਕਦੇ ਹੋ ਸਰਕਾਰ ਦਾ ਮਕਸਦ ਹੈ ਕਿ ਗਰੀਬ ਪਰਿਵਾਰ ਖੁਸ਼ੀ ਦੇ ਨਾਲ ਆਪਣੇ ਤਿਉਹਾਰ ਮਨਾ ਸਕਣ ਇੱਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਸਰਕਾਰ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਦੇ ਲੋਕਾਂ ਦੇ ਲਈ ਤੀਜੇ ਪ੍ਰਸੋਤਾਹਨ ਪੈਕੇਜ ਦੀ ਤਿਆਰੀ ਕਰ ਰਹੀ ਹੈ ਗਰੀਬ ਕਲਿਆਣ ਯੋਜਨਾ ਦੇ ਤਹਿਤ ਅਨਾਜ ਅਤੇ ਪੈਸੇ ਦੇਣ ਦੀ ਘੋਸ਼ਣਾ ਕਰ ਸਕਦੀ ਹੈ ਦਰਅਸਲ ਸਰਕਾਰ ਨੇ 20 ਕਰੋੜ ਤੋਂ ਜ਼ਿਆਦਾ ਮਹਿਲਾ ਜਨਤਨ ਅਕਾਊਂਟ ਹੋਲਡਰਾਂ ਦੇ ਵਿੱਚ 3 ਮਹੀਨੇ ਚੋਂ 1500 ਰੁਪਏ ਭੇਜੇ ਹਨ ਦੱਸ ਦਈਏ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜਨਤਨ ਯੋਜਨਾ ਲਾਗੂ ਕੀਤੀ ਸੀ ਸੋ ਜੇਕਰ ਦੋਸਤੋ ਤੁਹਾਡੇ ਕੋਲੇ ਇਸ ਯੋਜਨਾ ਦਾ ਖਾਤਾ ਨਹੀਂ ਤਾਂ ਤੁਸੀਂ ਬੈਂਕ ਦੇ ਵਿੱਚ ਖਾਤਾ ਖਲਵਾ ਸਕਦੇ ਹੋ ਜ਼ੀਰੋ ਬੈਲੈਂਸ ਅਤੇ ਸੇਵਿੰਗ ਅਕਾਊਂਟ ਖੋਲ੍ਹ ਸਕਦਾ ਜਿਸ ਵਿੱਚ ਚੈੱਕ ਸੁਵਿਧਾ ਇੰਸ਼ੋਰੈਂਸ ਵਰਗੀਆਂ ਤਾਮਾਮ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਤੁਸੀਂ ਕਿਸੇ ਵੀ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਜ਼ਰੂਰੀ ਡਾਕੂਮੈਂਟਸ ਦੇ ਕੇ ਆਪਣਾ ਅਕਾਊਂਟ ਖਲਵਾ ਸਕਦੇ ਹੋ ਸੋ ਜਨਤਨ ਅਕਾਊਂਟ ਖਲਾਉਣ ਦੇ ਲਈ ਆਧਾਰ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਤੁਹਾਡਾ ਕੇਵਾਈਸੀ ਪੂਰਾ ਕੀਤਾ ਜਾ ਸਕੇ ਸੋ ਜੇਕਰ ਤੁਹਾਡੇ ਕੋਲੇ ਕੋਈ ਡਾਕੂਮੈਂਟਸ ਨਹੀਂ ਤਾਂ ਤੁਸੀਂ ਆਪਣੀ ਸੈਲਫ ਅਟੈਸਟਡ ਫੋਟੋ ਲਾ ਕੇ ਬੈਂਕ ਅਧਿਕਾਰੀ ਦੇ ਸਾਹਮਣੇ ਆਪਣੇ ਸਾਈਨ ਕਰਕੇ ਆਪਣਾ ਅਕਾਊਂਟ ਓਪਨ ਕਰਵਾ ਸਕਦੇ ਹੋ ਸੋ ਇਹ ਅਕਾਊਂਟ ਕੋਈ ਵੀ 10 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਨੇ ਉਹ ਖੁਲਵਾ ਸਕਦੇ ਨੇ ਤੇ 1500 ਰੁਪਏ ਸਰਕਾਰ ਵੱਲੋਂ ਲੈ ਸਕਦੇ ਨੇ